हाल चाल है जी कि सब ठीक ठाक हर तरह खरीयत है जी लो जी अज बड़ी मजेदार कॉल जेड़ी तीन कॉल सुनी सी ना बार्बर वाली एक आ, कोई अठ नौ महीने पहले ਉਹਦਾ ਪਾਰਟ 2 ਕਰਨ ਜਾ ਰਹੇ ਆ ਬਹੁਤ ਜ਼ਿਆਦਾ ਮਜ਼ਾ ਆਉਣ ਵਾਲਾ ਤੁਹਾਨੂੰ ਹੱਸਣ ਵਾਸਤੇ ਖੁਸ਼ ਹੋਣ ਵਾਸਤੇ ਵੱਖੀਆਂ ਚੜਾਉਣ ਵਾਸਤੇ ਜ਼ਰਾ ਤਿਆਰ ਹੋ ਕੇ ਬਹਿ ਜਾਓ ਤੇ ਜਿਹੜੇ ਜਿਹੜੇ ਦੋਸਤਾਂ ਨੇ ਹਾਲੇ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਜਿਹੜਾ ਘੰਟੀ ਦਾ ਬਟਨ ਲੱਗਾ ਆ ਉਸ ਘੰਟੀ ਦੇ ਬਟਨ ਨੂੰ ਦਬਾਓ ਤਾਂ ਕਿ ਮੇਰਾ ਜਦੋਂ ਵੀ ਵੀਡੀਓ ਆਵੇ ਤੁਸੀਂ ਸੁੱਤੇ ਆ ਜਾਗਦੇ ਆ ਕੰਮ ਕਰਦੇ ਆ ਜਿੱਥੇ ਵੀ ਆ ਘੰਟੀ ਵੱਜੂਗੀ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਰਾਣੇ ਇਜਾਜ਼ ਦਾ ਜਿਹੜਾ ਵੀਡੀਓ ਆ ਉਹ ਅਪਲੋਡ ਹੋ ਗਿਆ ਤੇ ਦੂਸਰੀ ਗੱਲ ਇਹ ਆ ਕਿ ਜਦੋਂ ਮੈਨਾਂ ਤੁਸੀਂ ਗੱਲ ਕਰਨੀ ਆ ਕੋਈ ਵੀ ਗੱਲ ਕਰਨੀ ਚਾਹੁੰਦੇ ਆ ਮੇਰੇ ਫੇਸਬੁੱਕ ਪੇਜ ਤੇ ਆ ਸਕਦੇ ਆ ਆਰ ਜੇ ਇਜਾਜ਼ احمد ਰਾਣਾ ਆ ਥੱਲੇ ਤਸਵੀਰ ਦੇਖ ਰਹੇ ਆ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਛਾਣ ਲਓ ਐਹੀ ਮੇਰਾ ਪੇਜ ਆ ਇੱਕੋ ਹੀ ਮੇਰਾ ਪੇਜ ਆ ਉਸ ਤੋਂ ਅਲਾਵਾ ਦੁਨੀਆ ਜਿੱਥੇ ਵੀ ਰਾਣੇ ਇਜਾਜ਼ ਦੇ ਕੋਈ ਪੇਜ ਬਣੇ ਹੋਏ ਆ ਉਹ ਫੇਕ ਪੇਜ ਨੇ ਮੇਰੇ ਪੇਜ ਨਹੀਂ ਹੈਗੇ ਮੇਰਾ ਪੇਜ ਆਹੀ ਪੇਜ ਆ ਠੀਕ ਹੈ ਜੀ ਲਓ ਜੀ ਕਾਲ ਮਲਾਉਣੇ ਆ ਜੀ ਰਾਣਾ ਜਾਸ ਗੱਲ ਕਰਦਾ ਜੀ ਕਹਿੰਦਾ ਰਾਣਾ ਜਾਸ ਮੇਰ ਜਾਨ ਤੁਹਾਡ ਨਾਲ ਗੱਲ ਹੋਈ ਸੀ ਨਾ 7-8 ਮਹੀਨੇ ਪਹਿਲੇ ਆਪਣੇ ਮੁੰਡੇ ਦਾ ਵਿਆਹ ਸੀ ਭੋਲੇ ਸ਼ਹਾਜ਼ਾਦੇ ਦਾ ਜਦੋਂ ਉਹਨੂੰ ਤਿਆਰ ਕਰਾਉਣਾ ਸੀਗਾ ਬੋਲਾ ਤੇ ਰਾਣਾ ਜਾਸ ਹਾ 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 ਹਾਏ ਮੈਂ ਮਰ ਗਈ ਵੀ ਤੂੰ ਮੇਰਾ ਨੰਬਰ ਹਲੇ ਤੱਕ ਸੇਵ ਕੀਤਾ ਵਾ ਉਹ ਬਸ ਤਾਂ ਜਿਹੜੇ ਚੰਗੇ ਬੰਦੇ ਹੁੰਦੇ ਨਾ ਉਹਨਾਂ ਦੇ ਨੰਬਰ ਬੰਦਾ ਕੋਲ ਹੀ ਰੱਖਦਾ ਹੁੰਦਾ ਬੰਦਾ ਬੰਦਾ ਤੇ ਨਾ ਨਾ ਕੇ ਤੂੰ ਵੈਸੇ ਕੇ ਲਾ ਬਿੱਤੀ ਰ ਦਿਨ ਚੰਗਾਲਾ ਕਾ ਗੱਲ ਕਰਕੇ ਤੂੰ ਸੇਵ ਕਰ ਲਿਆ ਤੇ ਬੜੀ ਤੂੰ ਮੇਰੀ ਯਕੀਨ ਕਰ ਮੈਂ ਮੈਨੂੰ ਹਲੇ ਤੱਕ ਤੇ ਬਹੁਤ ਗੁੱਸੇ ਮੇਰੇ ਕੋਲ ਹੁੰਦਾ ਨਾ ਮੈਂ ਤੇਰੀ ਮੁੱਖੀ ਇੰਨੀ ਆ ਮਾਰਨੀ ਸੀ ਨਾ ਬੜਾ ਚੇਤੇ ਕਰਦਾ ਮੇਰਾ ਭੋਲਾ ਤੈਨੂੰ ਉਹ ਵੀ ਭੋਲਾ ਹਾਂਜੀ ਵੀ ਮੈਨੂੰ ਠਹਿਰ ਜ ਸਾਰਾ ਸੀਨ ਮੇਰੇ ਦਿਮਾਗ 'ਚ ਆ ਗਿਆ ਉਹ ਜਿਹੜਾ ਤੁਹਾਡਾ ਖੂਨ ਖੁਆਰ ਜਿਹਾ ਭਰਾ ਸੀ ਹਾਂਜੀ 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 ਹੋਰ ਰਾਣਾ ਜਾਸ ਹਾਂਜੀ ਕਫਾ ਹੋ ਤੈਨੂੰ ਗੋਲੇ ਬਚਨੇ ਤੂੰ ਗੱਲੀ ਮੇਰੇ ਨੰਬਰ ਸੇਵ ਕਰ ਲਿਆ ਉਹ ਤੇਨੂੰ ਦਿਖਾਇਆ ਭੋਲੇ ਨੂੰ ਹਾਏ 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 ਕਿਤੇ ਤੁਸੀਂ ਆਉਂਦੇ ਭੋਲੇ ਦੇ ਵਿਆਹ ਤੇ ਸ਼ੁਕਰ ਮਾਲਕ ਦਾ ਅਸੀਂ ਕਿਤੇ ਲਾਗੇ ਸ਼ਾਗੇ ਨਹੀਂ ਫੜਕੇ ਭੋਲੇ ਦਾ ਵਿਆਹ ਹੋਇਆ ਜੰਜ ਚੜੀ ਐ ਜੰਜ ਚੜੀ ਭੋਲੇ ਦੀ ਹਾਂਜੀ ਜਿਲੇ ਭੋਲੇ ਦੀ ਜੰਜ ਚੜੀ ਸੀ ਨਾ ਨਹੀਂ ਨਹੀਂ ਜੰਜ ਭੋਲੇ ਦੀ ਚੜੀ ਕਿ ਭੋਲਾ ਸਾਰੀ ਜੰਜ ਤੇ ਚੜ ਗਿਆ ਉੰਤਰਾ ਮਾਰਨ ਕੋਟ ਲੱਪੇ ਉਹਨਾਂ ਨੂੰ ਜਿਹੜਾ ਸਭ ਤੋਂ ਅੱਗੇ ਹੁੰਦਾ ਨਾ ਵਾਜੇ ਵਾਲਾ ਹਾਂਜੀ ਜਿਹੜੀ ਉਹਨੇ ਸੋਟੀ ਜੀ ਫੜੀ ਹੁੰਦੀ ਜਿਹੜਾ ਕਮਾਉਣ ਡਿਆ ਹੁੰਦਾ ਹਾਂ ਪਤਾ ਮੈਨੂੰ ਸਟਿਕ ਕਹਿੰਦੇ ਆ ਹਾਂਜੀ ਹਾਂ ਉਹ ਫੜ ਕੇ ਤੇ ਉਹ ਸਭ ਤੋਂ ਅੱਗੇ ਜਿਹੜਾ ਮੋਰੀ ਹੁੰਦਾ ਉਹਦੀ ਨਾਸਾਂ 'ਚ ਦਿੱਤੀ ਏ ਕਿਤੇ ਉਹਨੇ ਕਿੰਨੇ ਭੋਲੇ ਨੇ ਹਾਂ ਸਟਿਕ ਵੇ ਵੇ ਮਤਲਬ ਸੋਟੀ ਹਾਂਜੀ ਸੋਟੀ ਨਾਸਾਂ 'ਚ ਦੇ ਦਿੱਤੀ ਹਾਂਜੀ ਤੇ ਫਿਟੂ ਮੂੰਹ ਦੀ ਨਾਸਾਂ 'ਚ ਜਾਲਾ ਲੱਗਾ ਸੀ ਹਾਏ ਲਾ ਦਿੱਤੀ ਵਿਆਹ ਦਿੱਤਾ ਹਾਏ 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 ਭੋਲਾ ਅੱਗੇ ਗਿਆ ਜਨਾਬ ਜਿੱਲੇ ਜੰਜੋ ਤੇ ਪਹੁੰਚੀ ਹੈ ਨਾ ਜੀ ਹਾਂ ਜੀ ਕਿਤੇ ਮਜ਼ੇ ਆਏ ਨੇ ਕਿਨੂੰ ਅਗਲੇ ਪਿੰਡ ਵਾਲਿਆਂ ਨੂੰ ਨਿਆਣੇ ਹੁਣ ਆਏ ਨੇ ਸਾਡਾ ਇੱਕ ਬਾਬਾ ਜਿਹੜਾ ਨਾ ਹਾਂ ਉਹ ਇੰਜ ਕਰਕੇ ਮੁੱਠ ਮਾਰਦਾ ਸੀਗਾ ਯਾਨੀ ਕਿ ਪੈਸੇ ਫੜ ਕੇ ਸਿੱਟਦਾ ਸੀ ਹਾਂ ਜੀ ਹਾਂ ਉਹਨੇ ਮੁੱਠ ਇੰਜ ਮਾਰੀ ਏ ਅੱਛਾ ਤੇ ਨਿਆਣੇ ਜਨਾਬ ਭੋਲੇ ਦੇ ਪੈਰਾਂ ਚ ਛੜਿਆ ਗੁੱਸਾ ਭੋਲੇ ਨੂੰ ਨਿਆਣਿਆਂ ਤੇ ਨਿਆਣਿਆਂ ਤੇ ਤੇ ਨਿਆਣੇ ਚੁੱਕ ਚੁੱਕ ਕੇ ਮਾਰੇ ਨੇ ਹਾਏ ਕਿਊਟ ਕਿਡ ਹਾਏ ਕਿਊਟ ਕਿਡ ਮਾਰ ਦਿੱਤੇ ਹਾਏ ਫੇਰ ਬੱਸ ਉਹਨਾਂ ਨੇ ਐਸੀ ਚੜਾਈ ਹੋਈ ਉਸ ਪਿੰਡ ਚ ਭੋਲੇ ਦੀ ਹਾਏ ਪਿੰਡ ਦੇ ਨੋਨੇ ਹਾਲ ਵਿੱਚ ਫੇਰ ਬੁੱਡੀਆਂ ਕਹਿੰਦੀਆਂ ਪਹਿਲਾ ਗੱਭਰੂ ਆਇਆ 7 ਫੁੱਟ ਦਾ ਪਿੰਡ ਚ ਵਿਆਹਣ ਕਿਹੜਾ ਹਾਏ ਹਾਏ ਲੇਕਿਨ ਨਜ਼ਰਾਂ ਲੱਗ ਗਈਆਂ ਜਿਨ੍ਹਾਂ ਨੂੰ ਮੇਰੇ ਭੋਲੇ ਨੂੰ ਨਜ਼ਰਾਂ ਲੱਗ ਗਈਆਂ ਕਿਸੇ ਕੰਬਖਤ ਦੀਆਂ ਕੀ ਹੋਇਆ ਮਰ ਗਿਆ ਲੈ ਗਿਆ ਮਗਰੋਂ ਹਾਏ ਦੂਏ ਦਿਨ ਹਾਂ ਕੁੜੀ ਭੱਜ ਗਈ ਵਾਪਸ ਕੁੜੀ ਵਾਪਸ ਭੱਜ ਗਈ ਹਾਂ 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 ਮੈਂ ਤੇ ਮੈਂ ਤੇ ਕਹਾਂਗੀ ਕੀ ਪਿਆ ਆਪਣਾ ਛਿਜ਼ਾਤੀ ਛਿਜ਼ਾਤੀ ਲਾਉਂਦੀ ਜ਼ਿੰਦਗੀ ਕਰੇ ਜਿਹੜੀ ਭੱਜ ਗਈ ਆ ਤੋੜੇ ਦੇਸ਼ਦਗਰਦ ਕੋਲ ਭੱਜ ਗਈ ਹੈ ਤੁਹਾਡੇ ਤੁਹਾਡੇ ਨਾ ਸਭ ਤੋਂ ਡਰਾਉਣੇ ਕੈਦੀ ਕੋਲ ਭੱਜ ਗਈ ਹੈ ਨੇਸ਼ ਕੋਲ ਭੱਜ ਗਈ ਉਨਤੇ ਟ੍ਰਾਂਸਫਰਮ ਕੋਲ ਭੱਜ ਗਈ ਭੱਜ ਗਈ ਤੇ ਭੱਜ ਗਈ ਦਫਾ ਲਓ ਜੀ ਕੁੜੀ ਸੁੱਤੀ ਹੈ ਹਾਂ ਤੇ ਫੇਰ ਭੋਲਾ ਕਿਤੇ ਅੰਦਰ ਵੜਿਆ ਕੈਂਬ੍ਰਿਜ ਹਾਂਜੀ ਹਾਂ ਹੁਣ ਕੁੜੀ ਨੂੰ ਨਹੀਂ ਪਤਾ ਲੱਗਾ ਭੋਲਾ ਅੰਦਰ ਵੜਿਆ ਕਿ ਨਹੀਂ ਵੜਿਆ ਹਾਲਾਂਕਿ ਭੋਲਾ ਤੇ ਇਲਾਕੇ ਚ ਵੜੇ ਤੇ ਕੱਲੇ ਕੱਲੇ ਜੀ ਨੂੰ ਪਤਾ ਲੱਗ ਜਾਂਦਾ ਵੀ ਬਲਡوزر ਆ ਗਿਆ ਇਲਾਕੇ ਚ ਉਤਰਾ ਫੇਰ ਕੁੜੀ ਕੋਕੋਕੂ ਸੁੱਤੀ ਹੋਈ ਹੈ ਵਿਚਾਰੀ ਫੇਰ ਤੇ ਮੈਨੂੰ ਨਹੀਂ ਸੀ ਪਤਾ ਕਿ ਐ ਮਾਮਲਾ ਹੋਣਾ ਕੀ ਹੋ ਗਿਆ ਹਾਂ ਗੁੱਤ ਚੂਮੇ ਗਿੱਟਿਆਂ ਨੂੰ ਵਾਲ ਸੀਗੇ ਕੁੜੀ ਦੇ ਲੰਬੇ ਲੰਬੇ ਜੋਤ ਹਾਂ ਛੀਸੀ ਬੱਚੀ ਹਾਂ ਹਾਂ ਲਓ ਜੀ ਇਹਨੂੰ ਕਿਤੇ ਸ਼ਰਾਰਤ ਸੁਝੀ ਏ ਬੋਲੇ ਨੂੰ ਹਾਂਜੀ ਸ਼ਾਦੀ ਤਰਫ ਫੇਰ ਕੀ ਕੀਤਾ ਇਹਨੇ ਉਹਦੇ ਜਨਾਬ ਸਿਰ ਦੇ ਕੋਲੋਂ ਵਾਲ ਸਾਰੇ ਕੱਟੇ ਨੇ ਸੁੱਤੀ ਪਈ ਦੇ ਸੁੱਤੀ ਪਈ ਦੇ ਆ ਤੇ ਸਾਰੇ ਵਾਲ ਖਾ ਗਿਆ ਤੇ ਬਾਈ ਤਾਲੀਆਂ ਮਾਰਨ ਲੱਪਿਆ ਕਹਿੰਦਾ ਤੇਰੇ ਵਾਲ ਕਿੱਧਰ ਗਏ ਤੇਰੇ ਵਾਲ ਕਿੱਧਰ ਗਏ ਤੇਰੇ ਵਾਲ ਕਿੱਧਰ ਗਏ ਹਾਂ ਅੱਛਾ ਉਹਦੇ ਵਾਲ ਖਾ ਗਿਆ ਹਾਂ ਉਹ ਤੋਂ ਕਹਿੰਦਾ ਮੈਨੂੰ ਸੈਵਨ ਅਪ ਪਿਆ ਸੈਵਨ ਅਪ ਪਿਆ ਫਿੱਟੇ ਮੂੰਹ ਉਂ ਤਰ ਬਿਮਾਰੀ ਪੈਣ ਦੇ ਕੀ ਵਾਲ ਮੁਕੇ ਜਿਹੜੇ ਵਾਲ ਖਾ ਗਿਆ ਉਹਦੀ ਲਾਹ ਕੀ ਹਾਏ ਕਹਿੰਦਾ ਦੁੱਧ ਪਿਲਾ ਮੈਨੂੰ ਦੁੱਧ ਪਿਲਾ ਮੈਨੂੰ ਦੁੱਧ ਪਿਲਾ ਹਾਏ ਕੁੜੀ ਫਿਰ ਉਹ ਤੋਂ 2 ਕਿਲੋ ਦੁੱਧ ਪੀ ਲਿਆ ਭਲ ਖਾ ਕੇ ਹਾਂਜੀ 2 ਕਿਲੋ ਦੁੱਧ ਪੀ ਲਿਆ ਹਾਂਜੀ ਕੁੜੀ ਗੰਜੀ ਹੋ ਗਈ ਹਾਂਜੀ ਹਾਏ ਮੈਂ ਮਰ ਜਾਮਾ ਫਿਚਾਰੀ ਮਿਰਿਸੇਲੀ ਤੁਸੀਂ ਤੁਸੀਂ ਕਿਉਂ ਇਹਨੂੰ ਕਿਉਂ ਇਹਦੇ ਇਲਾਜ ਕਿਉਂ ਨਹੀਂ ਕਰਵਾਉਂਦੇ ਉਸ ਉਹਦੇ ਮਤਮਾਨਸ ਦਾ ਅਗਲੇ ਦਿਨ ਹੁਣ ਮਾਪੇ ਆਏ ਕੁੜੀ ਦੇ ਹਾਂ ਚਿੱਲੇ ਗਏ ਫੜੇ ਗਏ ਵਿਹਰਾ ਥਾ ਗਿਆ ਉਹਦੀ ਛੀਤੀ ਦਸਵੇਂ ਤੜਫੀ ਪਈ ਹੈ ਸੁਣਨ ਨੂੰ ਕੀ ਕੀ ਤਵਨਾ ਉਹਨਾਂ ਦੀ ਬੁੱਢੀਆਂ ਨੇ ਦੇਖ ਲਿਆ ਕਿ ਕੁੜੀ ਦੇ ਤਵਾਲ ਹੀ ਨਹੀਂ ਗੇ ਹਾਂ ਉਹ ਕਹਿੰਦੀ ਅੰਮੀ ਮੈਨੂੰ ਪਤਾ ਹੀ ਨਹੀਂ ਲੱਗਾ ਹਾਂ ਕਿੱਧਰ ਗਏ ਹਾਏ ਤੇ ਹੁਣ ਜਿਹੜੀ ਭੂਆ ਸੀ ਉਹਨਾਂ ਦੀ ਹਾਂ ਬੁੱਢੀ ਬੁੱਢੀ ਉਹ ਨਾਲ ਆਈ ਸੀ ਅੱਛਾ ਉਹਦੇ ਹੁਣ ਕੰਚ ਦੱਸੀ ਜਾਂਦਾ ਤੁਹਾਡੀ ਕੁੜੀ ਦੇ ਵਾਲ ਰਾਤੀ ਮੈਂ ਖਾ ਗਿਆ ਭੂਆ ਦੇ ਕੰਚੇ ਦੱਸੀ ਜਾਂਦਾ ਹਾਂ ਆਣੀਆਂ ਲਓ ਜੀ ਹੁਣ ਗੱਲ ਇਹ ਆ ਹਾਂ ਜਿਲੇ ਉਹਨਾਂ ਨੇ ਸੁਣੀ ਨਾ ਵਾਲਾਂ ਵਾਲੀ ਗੱਲ ਕੁੜੀ ਦੇ ਰਿਸ਼ਤੇਦਾਰਾਂ ਨੇ ਤੇ ਕੁੜੀ ਨੂੰ ਲੈ ਗਏ ਵਾਪਸ ਗੰਜੀ ਨੂੰ ਹੀ ਹਾਂ ਗੰਜੀ ਨੂੰ ਬਗੈਟ ਬਟਿਓ ਨਹੀਂ ਹਾਂ ਉੱਤੇ ਕਪੜਾ-ਕਪੜਾ ਪਾ ਕੇ ਲੈ ਗਏ ਟੱਕ ਟੁੱਕ ਕੇ ਹਏ ਲਾਲਾ ਕਿਉਂ ਨਹੀਂ ਚਿਹਰੇ ਸੀ ਇਲਾਕਾ ਤੁਹਾਡਾ ਉਹ ਜਿਹੜਾ ਭੇੜਾ ਜਿਹਾ ਕਿਤੇ ਹੈਲਮਟ ਪਵਾ ਲੈਂਦੀ ਕੁੜੀ ਨੂੰ ਸੈਂਕੜਾਂ ਲਾਂ ਵੀ ਤੇ ਕਰਾਣੀਆਂ ਰਾਹ ਚ ਲਾ ਕੇ ਚੋ ਗੰਜੀ ਕੁੜੀ ਲੈ ਗਏ ਤਾਂ ਸਸ ਯਾਰ ਸਸਰਾ ਨਾਲ ਨੂੰ ਕਿ ਟੱਪ ਮਾਰਾ ਹੋਇਆ ਲੋ ਜੀ ਜਾਂਦੇ ਹੀ ਉਹਨੇ ਤਲਾਕ ਭੇਜੀ ਏ ਕੁੜੀ ਵਾਲਿਆਂ ਨੇ ਹਾਂਜੀ ਹਾਹ ਕਹਿੰਦੇ ਜੀ ਤਲਾਕ ਤਲਾਕ ਮੇਰੇ ਵੱਲੋਂ ਵੀ ਤਲਾਕ ਬਿਲਕੁਲ ਤਲਾਕ ਹੀ ਬੰਦੀ ਮੇਰੇ ਵੱਲੋਂ ਵੀ ਤਲਾਕ ਕੁੜੀ ਵਾਲੋਂ ਵੀ ਤਲਾਕ ਪੂਰੀ ਪੂਰੇ ਮੈਂ ਕਹਿੰਦਾ ਜਾਗਲੋਂ ਤਲਾਕ ਤੁਹਾਡੇ ਕੱਲੇ ਬੋਲੇ ਨੂੰ ਤਰੇ ਨੂੰ ਇੰਦੀ ਇਹਨੂੰ ਤਲਾਕਾ ਕਰਵਾਓ ਇੰਨੀਆਂ ਇਹਨੂੰ ਤਲਾਕਾ ਕਰਵਾਓ ਕਚੈਰੀਆਂ ਚ ਤਲਾਕਾ ਮੁੱਕ ਜਾਣ ਉਹ ਤਲਾਕਾ ਵੀ ਇਹਨੂੰ ਕਰਾਓ ਜਿਹੜੀਆਂ ਆਲਰੇਡੀ ਲੋਕੀ ਦੇ ਚੁੱਕੇ ਨੇ ਆਪਣੀਆਂ ਬੁੜੀਆਂ ਨੂੰ ਉਹ ਵੀ ਲੈ ਕੇ ਦੁਬਾਰਾ ਉਹ ਵੀ ਸਾਰੀਆਂ ਇਹਨੂੰ ਕਰਵਾਓ ਇਨੂੰ ਇਹ ਤਲਾਕਾ ਕਰਵਾਓ ਇਹ ਕਿਤੇ ਟਿੱਡ ਪਰ ਚਵੇ ਜਿਹੜਾ ਉੰਤਰਾ ਵਾ ਲਾ ਕੇ ਖਾ ਜਾਂਦਾ ਲੈ ਵੀ ਸੋਣਿਆ ਗੱਲ ਇਹ ਆ ਤੂੰ ਘਰਾਂ ਚ ਜਾਣ ਵਾਲਾ ਬੰਦਾ ਹੈ ਹਾਂ ਬਿਲਕੁਲ ਉਹਦੀ ਬੰਦਾ ਕੀ ਹੋਇਆ ਪਹਿਲਾਂ ਬੰਦਾ ਬੰਦੇ ਨੂੰ ਕੋਣ ਘਰ ਚੜ ਦਿੰਦਾ ਪਿਟੇ ਮੂੰ ਬੰਦੇ ਨੂੰ ਘਰ ਭੜੀ ਦਿੰਦਾ ਆਪਣੇ ਤੂੰ ਬਸ ਕੇ ਵੀ ਤੂੰ ਘਰਾਂ ਚ ਜਾਣ ਵਾਲੀ ਖੁਸ਼ਬੂ ਹੈ ਰੂਹ ਹੈ ਕੋਈ ਅੱਛੀ ਜੀ ਫਰੈਂਡ ਹੈ ਬਸ ਠੀਕ ਹੈ ਗੱਲ ਮੁੱਕੀ ਤੂੰ ਘਰਾਂ ਚ ਜਾਣ ਵਾਲੀ ਕਲੀ ਐ ਹਾਈ ਮਿਸਤ ਕੀ ਜਾਵ ਕਲੀ ਕਲੀ ਵਿੱਚ ਕਹਿ ਤੇ ਨਾਲ ਕਿ ਕਲੀ 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 ਹਾਂ ਕਲੀ ਕਲੀ ਪੂਰੇ ਬੂਟੇ ਤੇ ਲੱਗੀ ਹੋਈ ਇੱਕੋ ਹੀ ਕਲੀ ਤੇਰੀ ਮੂਛ ਕਿਉਂ ਚੱਕਰ ਤੇਰਾ ਗਰੋਲੋ ਵੀ ਮੇਰੇ ਲੋ ਦਾਤ ਜਿਹੜੀ ਘਰਾਂ ਉੱਤੇ ਕਰੀਦੀ ਉਹ ਕਲੀ ਵੇ ਫੱਚੀ ਲੱਗੇ ਤੈਨੂੰ ਕਿ ਜਿੱਤ ਤੇਰੀ ਉਸ ਤਰੀ ਜ਼ਬਾਨੇ ਕੰਟਰੋਲ ਚ ਰੱਖੇ ਤੇ ਵਿੱਚ ਲੇ ਵੀ ਸੋਹਣਿਆ ਗੱਲ ਇਹ ਆ ਸੁਣਿਆ ਨਹੀਂ ਸੁਣੀ ਲੈ ਵੀ ਸੋਣੀ ਹਾਂ ਗੱਲ ਇਹ ਆ ਹਾਂ ਹਾਂ ਮਸਤ ਕੇ ਜਾਵਾ ਚੱਲ ਜੇ ਚੱਲ ਜੇ ਕੋਈ ਗੱਲ ਨਹੀਂ ਕਿ ਬੜੇ ਜਾਣਦੇ ਨੇ ਰੋਜ਼ ਮੇਰੇ ਵਿੱਚ ਆਸ ਹਾਂ ਤੂੰ ਹੁਕਮ ਕਰ ਕੀ ਗੱਲ ਮੇਰ ਨਾਲ ਕੀ ਕਰ ਤੂੰ ਕਰਾਉਣਾ ਹੀ ਸਾਡੇ ਭੋਲੇ ਦਾ ਰਿਸ਼ਤਾ ਇਹ ਅਕੀਨ ਬਕਵਾਸ ਕਰੀਜ਼ ਰੱਖੀ ਕੀ ਸਾਡੇ ਭੋਲੇ ਦਾ ਰਿਸ਼ਤਾ ਤੂੰ ਫਿਰਨ ਤੁਰਨ ਵਾਲਾ ਬੰਦਾ ਹੈ ਆ ਕੀ ਹਵਤਾ ਪੁੱਲਾ ਤੁਹਾਡਾ ਉਹ ਦਾ ਫੇਰ ਰਿਸ਼ਤਾ ਮੈਂ ਕਰਵਾਣਾ ਹੈ ਹਾਂਜੀ ਮੈਂ ਹਾਂਜੀ ਯਾਨੀ ਕਿ ਮੈਂ ਕਲੀ ਕਲੀ ਨਹੀਂ ਹਾਂਜੀ ਖਿਲੀ ਹੋਈ ਕਲੀ ਨੇ ਹਾਂਜੀ ਉਸ ਪੁੱਲੇ ਦਾ ਰਿਸ਼ਤਾ ਕਰਵਾਣਾ ਹੈ ਹਾਂਜੀ ਬੇਕਿੰਆਂ ਸਤ ਜਨਮਾਂ ਚ ਵੀ ਨਹੀਂ ਹੋ ਸਕਦਾ ਇਹ ਦੇਖ ਲਾ ਕਿ ਤੈਨੂੰ ਇੰਨੇ ਪੈਸੇ ਦੇਣੇ ਮੈਂ ਕਿ ਤੂੰ 5 ਸਾਲ ਤੇਰੇ ਕੋ ਪੈਸੇ ਨਹੀਂ ਮੁੱਕਣੇ ਕੀ ਅਮਾਨ ਤੁਸੀਂ ਇੱਕ ਜਨਮ ਅੱਛਾ ਕਿਦਾਂ ਦੀ ਕੁੜੀ ਹੋਣੀ ਚਾਹੀਦੀ ਕੁੜੀ ਹੋਣੀ ਚਾਹੀਦੀ ਐ ਹਾਂ ਜਿੱਦਾਂ ਦੀ ਤੂੰ ਨਹੀਂ ਨਹੀਂ ਐਦਾਂ ਦੀ ਨਹੀਂ ਹੋਣੀ ਚਾਹੀਦੀ ਫਿੱਟੇ ਮੋਤੀ ਰਹਿ ਕਿਹੂ ਜੀ ਹੋ ਵੀਰ ਕੁੜੀ ਹੋਵੇ ਚਮਕ ਕਰ ਗਈ ਚਮਕ ਕਰ ਗਈ ਯਾਨੀ ਕਿ ਚਮਕੀ ਹੋਏਗੀ ਕੁੜੀ ਭੋਲੇ ਵਾਸਤੇ ਚਾਹੀਦੀ ਨਾ ਭੋਲੇ ਵਾਸਤੇ ਕਿ ਮੈਂ ਤੈਨੂੰ ਉਹੀ ਚਮਕ ਲੈ ਜੰਨੀ ਜਿਹੜੀ ਮੱਝ ਦੇ ਮਾਰੀਦੀ ਉੰਤਰੀ ਜਦੋਂ ਮੰਨਦੀ ਨਹੀਂ ਗੱਲ ਉਹ ਕੋਈ ਸੋਟਿਆ ਕੋ ਸੋਟਾ ਲਬੂ ਦੇਲੀ ਕੁੜੀ ਲੱਭਦੇ ਫਿਰਦੇ ਉਹਦੇ ਵਾਸਤੇ ਨ ਕੋਈ ਖਰਾਦ ਮਸ਼ੀਨ ਲੱਭੋ ਜਿੱਦਾਂ ਵਯਾ ਜਾਵੇ ਹੁਣ ਤੇਰਾ ਕੁਛ ਕਵੇ ਤਾਂ ਖਰਾਦ ਮਸ਼ੀਨੋਂ ਕੋ ਕੱਖ ਨਾ ਹੋਵੇ ਕੁੜੀ ਐਂਜ ਹੋਵੇ ਜਿਵੇਂ ਹਰਨੀ ਹੁੰਦੀ ਆਈ ਸਦਕੇ ਜਾਵਾ ਕੁੜੀ ਨਹੀਂ ਹਰਨੀ ਹੋਏਗੀ ਕੁੜੀ ਦੀ ਹਰਨੀ ਆ ਉਹਦੀ ਹਰਨੀ ਵਿਚਾਰੀ ਦੀ ਜਿਹੜੀ ਆਉਣੀ ਉਹਦੀ ਘਰ ਮੁਕਤਰਾਮ ਮਾੜੀ ਕਿ ਟੀਮ ਹੋਵੇ ਕਿ ਕਿੱਦਾਂ ਕਿੱਦਾਂ ਤੁਸੀਂ ਬਦੂਸ਼ ਜਿਆ ਕੁੜੀ ਮੰਗਨੇ ਕੁ ਦੀ ਵਾਸਤੇ ਹੁਣ ਵਿਆਹ ਉਹਨੂੰ ਕਿਤੇ 15 20 ਦਿਨ ਕਿਸਨਾ ਦਰਖਤਨਾ ਬਨੋ ਉਹਨ ਕੁੜੀ ਨਾਲ ਨਾ ਬਨੋ ਹਾਏ 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 ਕੁੜੀ ਹੋਵੇ ਪੜ੍ਹੀ ਲਿਖੀ ਕਿੰਨੀ ਕੁ ਉਹਨੇ ਡਬਲ ਟ੍ਰਿਪਲ ਚਰਪਲ ਐਮਏ ਕੀਤਾ ਹੋਵੇ ਜਿੰਨੀ ਮਰਜ਼ੀ ਕੁੜੀ ਤੁਸੀਂ ਪੜ੍ਹੀ ਲੈ ਲਓ ਹਾਂ ਮੋਖੀ ਦੇ ਤੂੰ ਜੇ ਤਾਂ ਭੋਲਾ ਉਹਨਾਂ ਨੂੰ ਭੋਲਾ ਸ਼ਰੀਫ ਉਹਦੇ ਸਾਹਮਣੇ ਉਹਨੇ ਫਿਰ ਜਿਹੜੀਆਂ 16 ਪੜੀਆਂ ਹੋਣੀਆਂ ਉਹਨਾਂ ਚ ਕੱਖ ਨਹੀਂ ਪੜਨਾ ਉਹਨੇ ਉਹ ਟੂਣਾ ਪੜਨੇ ਜਿਹਦੇ ਨਾਲ ਭਲਾਵਾ ਭੱਜ ਜਾਂਦੀ ਐ ਅੱਛਾ ਕਿਹੜਾ ਐ ਜੇ ਕਿੰਨੇ ਆਈਪਲਾ ਟਾਲ ਤੂੰ ਹਾਲ ਤੂੰ ਜਲਾਲ ਤੂੰ ਹਾਲ ਤੂੰ ਜਲਾਲ ਤੂੰ ਆਈਪਲਾ ਟਾਲ ਤੂੰ ਹਾਏ ਮੇਰਾ ਭੋਲਾ ਤੇਰਾ ਜਾਂ ਤੇਰਾ ਉਹ ਕਿਨੇ ਲੈਣਾ ਉਤਰਾ ਟੱਕਾ ਜਿਆ ਹਾਏ ਮੇਰਿਆ ਭੋਲਿਆ ਹਾਈ ਵੇ ਇਹਦੇ ਆ ਭੋਲਿਆ ਇਹਦੇ ਆ ਭੋਲਿਆ ਤੇਰਾ ਜਾਂ ਤੇਰੇ ਨਾਂਵੇਂ ਲੱਗਾ ਉਬ ਮੇਰਾ ਭੋਲਾ ਜਲੇ ਮੇਰਾ ਭੋਲਾ ਤੁਰਦਾ ਨਾ ਹਾਏ ਮੈਂ ਕਿੰਨਾ ਜਿਦ ਤੇਰਾ ਭੋਲਾ ਤੁਰਦਾ ਜ਼ਮੀਨ ਕੰਬਦੀ ਆ ਜਿਦ ਤੇਰਾ ਭੋਲਾ ਤੁਰਦਾ ਇਹ ਨਾ ਪੈਰਾਂ ਤੇ ਥੱਲੇ ਮੈਂ ਕਿਨਾ ਹਰ ਛੇ ਆ ਜਾਂਦੀ ਹੈ ਹਾਏ ਮੇਰਾ ਭੋਲਾ ਚੁੱਲੇ ਅੱਗੇ ਬੈ ਕੇ ਜਲੇ ਰੋਟੀ ਖਾਂਦਾ ਨਾ ਹਾਂ ਤੇ ਗੌਰਮੈਂਟ ਦੀ ਪਿੱਛੋਂ ਗੈਸ ਮੁੱਕ ਜਾਂਦੀ ਹੈ ਉੰਤਰਾ ਇੰਨੀ ਖਾਂਦਾ ਹੈ ਇੰਨੀ ਪਕਾਉਣੀ ਪੈਂਦੀ ਹੈ ਫਿਟੇ ਮੁ ਕਿਤੇ ਰੂਪ ਚੜਨਾ ਹਾਏ ਮੈਂ ਕਿੰਨਾ ਇੰਨਾ ਕਿ ਰੂਪ ਚੜਨਾ ਨੂੰ ਦਿਸਤਾ ਹੀ ਕੋਈ ਨਹੀਂ ਹੋਰ ਹਰ ਬੰਦੇ ਨੂੰ ਥਲੇ ਮਿੱਦ ਕੇ ਰੱਖ ਦਿੰਦਾ ਕੱਲਾ ਇਹਨੂੰ ਹੀ ਛੜਦਾ ਹੈ ਰੂਪ ਹਾਏ 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 ਦੇਖ ਰਹੀ ਮੈਂ ਪਤਨੀ ਅਬ ਭੋਲਾ ਨਾ ਹੋ ਗਿਆ ਅੰਬ ਹੋ ਗਿਆ ਤੂੰ ਹੁਣ ਸਵੇਰੇ ਆਉਣਾ ਕਿੰਨੇ ਕਿਸ ਕਿਸ ਬਦਤਮੀਜ਼ ਨੇ ਆਉਣਾ ਭੋਲੇ ਨੂੰ ਨਾਲ ਲਿਜਾ ਕੇ ਨਾ ਹਾਂ ਤਲਾਕ ਹੋਈ ਹੈ ਨਾ ਤਲਾਕ ਹੋਈ ਤੇ ਮੈਂ ਆਪਣੀ ਕਬਰ ਬਣਵਾ ਲਵਾਂ ਉਹਦੇ ਕੋਲੋਂ ਹੈ ਨਹੀਂ ਹਾਂ ਜ਼ਿਹਨੀ ਤੌਰ ਤੇ ਨਾ ਜ਼ਰਾ ਹੈਗਾ ਨਾ ਜ਼ਰਾ ਪਰੇਸ਼ਾਨ ਅਛਾ ਯਾਨੀ ਕਿ ਤੇ ਤੂੰ ਨਾਲ ਲੈ ਕੇ ਤੇ ਖੇਤਾਂ ਵਾਲ ਨੂੰ ਸ਼ਾਬਾਚ ਜਿੱਥੇ ਮੇਰੀ ਚੀਕ ਵੀ ਕੋਈ ਨੇ ਸੁਨੇ ਪੀ ਹਾਏ ਮੈਨੂੰ ਬਚਾਓ ਹਨਾ ਫਿਟੇਮੂ ਲੱਖ ਦੀ ਲਾਣਤ ਮੈਂ ਕੀ ਬੰਬ ਵਾਲੀ ਜੈਕਟ ਲੈ ਕੇ ਤੇ ਪੈਲੀਆਂ ਚ ਵੜ ਜਾਵਾਂ ਤੈਨੂੰ ਗੰਨੇ ਪੰਨ ਪੰਨ ਦਊ ਉਥੋਂ ਹਾਂ ਗੰਨੇ ਪੰਨ ਪੰਨ ਕੇ ਦਊਗਾ ਜਿੱਦਾਂ ਸੋਟੀ ਨਾ ਸੱਚ ਦਿੱਤੀ ਸੀ ਮੇਰੀ ਵੀ ਨਾ ਸੱਚ ਦਊਗਾ ਗੰਨੇ ਪੰਨ ਪੰਨ ਕੇ ਦਊਗਾ ਹੁੰ ਤੇਰਾ ਫਿਟੇਮੂ ਮੈਂ ਨਹੀਂ ਕਰਾਂਦੀ ਇਹੋ ਜਿਹਾ ਰਿਸ਼ਤਾ ਕਿਤੇ ਤੈਨੂੰ ਗੋਂਗਲੂ ਕੱਢੂਗਾ ਜ਼ਮੀਨ ਚ ਤਾਜ਼ੇ ਤਾਜ਼ੇ ਜ਼ਮੀਨ ਚ ਨਾ ਲੱਭੇ ਤੇ ਮੇਰੇ ਲੱਖ ਚ ਤੇ ਬਣਾਈ ਦਊਗਾ ਪੈਸੇ ਤੇ ਪੰਜਾ ਸੱਤਾ ਮਿੰਟਾਂ ਚ ਹੈ ਨਾ ਗੋਂਗਲੂ ਵੇਲਣਾ ਲੱਗਾ ਆ ਉਥੇ ਲੋਚੇ ਮੇਰਾ ਸਿਰ ਫੜ ਕੇ ਦੇ ਦੇਣਾ ਉੰਤਰੇ ਨੇ ਰਿਲੈਕਸ ਕਰ ਨੂੰ ਜਾ ਕੇ ਉਹ ਤੇ ਜ਼ੇਨ ਬਣਾ ਜ਼ੇਨ ਉਦੋਂ ਤੱਕ ਮੈਂ ਕੀ ਬਣਾਵਾਂ ਵੀ ਮੈਨੂੰ ਕਿੱਦਾਂ ਕਤਲ ਕਰੇ ਹੈ ਜਾਂ ਕਿ ਪਹਿਲੇ ਮੈਨੂੰ ਥਲੋ ਵੱਡਣਾ ਸ਼ੁਰੂ ਕਰੇ ਜਾਂ ਮੈਨੂੰ ਕਿਤੇ ਤੰਨ ਕੇ ਮਾਰ ਦੇਵੇ ਇਹ ਦੇਖ ਲਓ ਹਾਂ ਕਿ ਜਿਲੇ ਉਹਨੇ ਤਾਜ਼ਾ ਤਾਜ਼ਾ ਗੁੜ ਦੀ ਜਿਹੜੀ ਪੇਸੀ ਐ ਹਾਂ ਉਥੋਂ ਬਣਾ ਕੇ ਤੇਰੇ ਹੱਥ ਤੇ ਰੱਖਣੀ ਐ ਨਾ ਹਾਂ ਤੇ ਮੇਰੇ ਹੱਥ ਹੀ ਨਹੀਂ ਹੁਣ ਉਹ ਨਹੀਂ ਰੱਖਣੀ ਮੇਰੇ ਹੱਥ 'ਚ ਇਹ ਪੇਸੀ ਬਾਤ ਨੂੰ ਯਾਦ ਹੋਣਾ ਉਹੋ ਇਹਦਾ ਹੱਥ ਤੇ ਮੈਂ ਚੱਬ ਕੇ ਖਾ ਗਿਆ ਸੀ 10 ਮਿੰਟ ਪਹਿਲੇ ਗਰੀਲਾ ਹੱਥ ਹੋਊਗਾ ਤੇ ਰਣਸਵਾਦ ਤੇ ਰੱਖੂਗਾ ਨਾ ਪੇਸੀ ਹਾਈ ਹਾਈ ਮੇਰਾ ਸਜਦਾਦਾ ਹਾ ਤੇਰਾ ਹੀ ਆ ਤੇਰਾ ਹੀ ਆ ਤੇਰਾ ਹੀ ਆ ਤੇਰਾ ਹੀ ਆ ਕਿਤੇ ਰੂਪ ਚੜਨਾ ਕੱਲੇ ਪਾ ਦੇ ਵੀ ਚੈਨਾ ਉੰਤਰੀ ਨੂੰ ਐਡਾ ਸੋਹਣਾ ਸੂਟ ਹਾਂ ਹੁਣ ਮੇਰਾ ਜਿਹੜੇ ਨੇ ਪਾੜ ਕੇ ਲਈ ਉਹਰੇ ਲਈ ਕਰ ਦੇਣਾ ਹੈ ਨਾ ਨਹੀਂ ਨਹੀਂ ਹਾਂ ਜਿਹੜਾ ਮੇਰੇ ਭੋਲੇ ਨੇ ਸੂਟ ਪਾ ਕੇ ਸੋਹਣਾ ਲੱਗਣਾ ਓਏ 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 ਹੋਏ ਕੀ ਸਵਾ ਇਹ ਉਹਦੇ ਵਾਸਤੇ ਸ਼ੇਰਵਾਨੀ ਸ਼ੇਰਵਾਨੀ ਨਾ ਸਵਾ ਹਾਂ ਉਹਦੇ ਵਾਸਤੇ ਚੀਤਾ ਸਵਾਨੀ ਸਵਾ ਉਹ ਕਿਉਂਕੋ ਪਾੜ ਕੇ ਖਾ ਜਾਂਦਾ ਚੀਰ ਪਾੜ ਕਰਦਾ ਹੈ ਜ਼ਿਲੇ ਘੋੜੇ ਤੇ ਬੈਣਾ ਮੇਰੇ ਸ਼ੇਰ ਨੇ ਲੈ ਦੱਸ ਉਹ ਲੁਧਿਆਵਾਂ ਪੱਠੇ ਘੋੜੇ ਨੂੰ ਸ਼ੇਰ ਸ਼ਾਇਦ ਨਹੀਂ ਬਿੰਦਾ ਦਰਖਤ ਤੇ ਬਿੰਦਾ ਤੇ ਵੀ ਬੰਦ ਰਹੀ ਨੂੰ ਵੀ ਬਿਠਾ ਦਰਖਤ ਤੇ ਜਾ ਕੇ ਬਲਕਿ ਇਹਨੂੰ ਘਾੜ ਬਿਠਾ ਕਿਤੇ ਇਹਨੂੰ ਉੱਥੇ ਬਿਠਾ ਜੇ ਥੱਲੇ ਦੇ ਅੱਗ ਬਾਲਦੀ ਇਹਨੂੰ ਉੱਥੇ ਬਿਠਾ ਜੇ ਉੱਥੋਂ ਤੇ ਟਰੱਕ ਨੰਗ ਨਾ ਹੋਵੇ ਬਸ ਤੂੰ ਸਵੇਰੇ 7 ਵਜੇ ਆ ਜਾ ਨਹੀਂ ਕਿੰਨੀ ਮੈਂ ਹੋ ਨਹੀਂ ਦੁਕਾਨ ਬੰਦ ਕਰਕੇ ਕਿਤੇ ਪਤਨਾ ਤੋਂ ਬਾਹਰ ਨਿਕਲ ਜਾਣਾ ਤੇ ਨਾਲ ਲੈ ਕੇ ਨਾ ਸਾਈਕਲ ਤੇ ਮਗਰ ਤੈਨੂੰ ਬਿਠਾਉਣਾ ਭੋਲੇ ਨੇ ਮੈਂ ਪਿੱਛੇ ਬੈਣਾ ਨਹੀਂ ਨਹੀਂ ਸਾਈਕਲ ਤੂੰ ਚਲਾਉਣਾ ਤੇ ਭੋਲਾ ਮੈਂ ਖਿੱਚਣਾ ਹਾਂ ਕੀ ਗੱਲ ਮੈਂ ਮੈਂ ਡੰਗਰ ਖਾਤੇ ਹੋਏ ਹਾਂ ਹੈ ਇਹ ਕੀ ਗੱਲ ਮੈਂ ਤਾਕਤ ਟਿੱਕੇ ਲਵਾਉ ਨਹੀਂ ਪਿਛਲੇ 6 ਮਹੀਨੇ ਆ ਤੂੰ ਫੇ ਮੈਂ ਉਹ ਜੇ ਬੱਲ ਨੂੰ ਖੀਚਾ ਖੁਸ਼ ਹੋ ਕੇ ਜਿੱਲੇ ਨਾ ਤੂੰ ਸਾਈਕਲ ਚਲਾਉਂਦੇ ਹੁਣ ਹਾਂ ਉਹਨੇ ਪਿੱਛੇ ਜੰਦੀ ਵੱਟ ਕੇ ਮੈਨੂੰ ਅੱਤਾ ਖਾ ਜੇਣਾ ਹੈ ਨਾ ਜਿੱਲੇ ਉਹਨੇ ਐਦਾਂ ਕਰਕੇ ਨਾ ਆ ਐਦਾਂ ਕੁਤਕੁਤਾੜੀਆਂ ਕੱਢਣੀਆਂ ਤੇਰੇ ਲੱਕ ਤੇ ਹਾਂ ਮੇਰੇ ਲੱਕ ਤੇ ਹਾਂ ਨਾਜ਼ੁਕ ਲੱਕ ਤੇ ਬੋਲੇ ਨੇ ਕੁਤਕੁਤਾੜੀਆਂ ਕੱਢਣੀਆਂ ਹਾਂ بس ਕਰੋ ਰਾਣਾ ਸਭ ਮੈਨੂੰ ਪਤਾ ਉਹ ਕੱਦਨੇ ਉਹਨੇ ਕੁੱਦਕਤਾਰੀਆਂ ਕੱਢ ਲਈ ਵੀ ਘਟੋ ਘਟ ਕਈ ਫੜੀ ਹੋਣੀ ਉਹ ਨਿਕੜਾ ਹੱਥ ਨਾਲ ਬਿਮਾਰੀ ਪੈਣੇ ਨਹੀਂ ਕੱਢਣੀਆਂ ਨੇ ਇਆਂ ਕਈ ਹੋਈਆਂ ਇਆਂ ਕੈਂਚੀ ਦਾ ਕੀ ਸੌਣਾ ਇੱਕ ਖਾ ਗਿਆ ਹੁਣ ਉਹਦੇ ਨਾਲ ਕੁੱਦਕਤਾਰੀਆਂ ਕੱਢਣੀਆਂ ਬਾਜ ਡਾਕਟਰਾਂ ਨੇ ਉਹਦੀਆਂ ਕੀਤੀਆਂ ਹੋਈਆਂ ਕੁੱਦਕਤਾਰੀਆਂ ਆਪਰੇਸ਼ਨ ਕੱਢ ਕੇ ਮੇਰੇ ਵਿੱਚੋਂ ਕੱਢਣੀਆਂ ਉਹਨੇ ਕਿਹਾ ਵੀ ਲੋਹੇ ਦੀਆਂ ਕੁੱਦਕਤਾਰੀਆਂ ਕਿੰਨੀਆਂ ਵੜ ਗਈਆਂ ਤੇਰੇ ਅੰਦਰ ਮਰੀ ਪੈਣ ਮੈਂ ਨਹੀਂ ਕਰਾਣਾ ਇਹੋ ਜਿਹਾ ਰਿਸ਼ਤਾ ਸਵੇਰ 7 ਵਜੇ ਜੀ ਸਵੇਰ 7 ਵਜੇ ਕਜ਼ਾ ਇਲਾਹੀ ਤੋਂ ਉਠਾਇਆ ਜਾਏਗਾ ਤੇਰਾ ਭੋਲਾ ਤੇਰਾ ਭੋਲਾ ਹਾਂ ਮੇਰਾ ਭੋਲਾ ਸਜਾਦਾ ਤੇਰਾ ਭੋਲਾ ਕੋੜਾ 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 ਆਜੋ ਜੀ ਆਜੋ ਫਿਰ ਹੁਣ ਚਲ ਜਲਦੀ ਚਲ ਜਾਓ ਹੁਣੇ ਤੁਸੀਂ ਹੁਣੇ ਚਲ ਜਾਓ ਖਬਰਦਾਰ ਮੇਰੇ ਵੱਲੋਂ ਐ ਤੇ ਮੈਂ ਨਹੀਂ ਕੋਈ ਰਿਸ਼ਤਾ ਰਸਤਾ ਕਰਵਾਉਣਾ ਸਵੇਰੇ 7 ਵਜੇ ਤੂੰ ਆਉਣਾ ਕਿ ਭੋਲਾ ਲੈਣ ਆਵੇ ਜਲਸੋਣੇ ਵੀ ਚੁੱਪ ਕਰਕੇ ਇੰਚ ਕਰ ਆਪਣੇ ਪੋਲੇ ਨੂੰ ਨਾ ਧੋਖੇ ਦੇ ਨਾਲ ਕਿਤੇ ਬਾਦਰ ਤੇ ਲੈ ਜਾ ਅੱਛਾ ਉੱਥੇ ਜਾ ਕੇ ਜਿੰਨੇ ਫੌਜੀ ਖਲੋਤੇ ਹੋਏ ਨਾ ਉਹਨਾਂ ਦਾ ਫੜ ਲੋ ਇਹਨੂੰ ਤੈਨੂੰ ਇਹਨੂੰ ਇਦਾਂ ਦਾ ਫੜ ਲੋ ਫੜ ਲੋ ਇਹੋ ਜਿਹਾ ਫੜੋ ਕਿ ਅੱਜ ਤੱਕ ਤਨ ਪ੍ਰੈਕਟਿਸ ਨਾ ਦਸੀ ਹੋਵੇ ਪੜਨ ਦੀ ਉਤਰਾ ਇਹ ਕਿਸੇ ਦੇ ਹੱਥ ਵੀ ਨਹੀਂ ਆਉਂਦਾ ਕਿਤੇ ਮੇਰੇ ਦਾ ਹੋਵੇ ਸਤਿਆਂ ਨਾ ਹਾਏ ਹਾਏ ਅੱਜ ਸਵੇਰੇ ਮੈਨੂੰ ਕਹਿੰਦਾ ਕੀ ਕਹਿੰਦਾ ਨਹੀਂ ਖਾਣ ਨੂੰ ਦਿਲ ਕਰਦਾ ਫੇਰ ਤੇ ਮੈਂ ਮੈਂ ਬਸ ਮੇਰਾ ਸ਼ਹਜ਼ਾਦਾ ਤੇਰਾ ਕੂੜਾ ਤੇਰਾ ਬਿਮਾਰੀ ਪੈਣਾ ਇਰਾਮ ਤਰਜਾਣਾ ਕੂੜ ਚੱਲੇ ਇਹੋ ਜੇ ਭੋਲੇ ਨੂੰ